शहीदों की चिताओं पर लगेंगे हर बरस मेले, वतन पे मिटने वालों का बाकी जे निशान होगा। पिछले दिनी पंजाब दे फतेहगढ़ चूड़ियां च उस समय मातम दा माहौल छा गया ਜਦੋਂ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡ ਕੇ ਜਵਾਨ ਹੋਇਆ ਮਾਂ ਬਾਪ ਦਾ ਪੁੱਤਰ, ਭੈਣ ਭਰਾਵਾਂ ਦਾ ਪਿਆਰ ਮਨਜਿੰਦਰ ਸਿੰਘ। ਕਦੇ ਸੋਚਿਆ ਸੀ ਕਿ ਮਨਜਿੰਦਰ ਸਿੰਘ ਭਰ ਜਵਾਨੀ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਏਗਾ। ਅਲਵਿਦਾ ਕਹਿਣ ਤੋਂ ਪਹਿਲਾਂ ਉਹ ਦੇਸ਼ ਭਗਤੀ ਦਾ ਜਜ਼ਬਾਤੀ ਗੀਤ ਗਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰੇਗਾ। ਕਿਸੇ ਨੇ ਨਹੀਂ ਸੋਚਿਆ, ਪਰ ਸ਼ਿਆਚੀਨ ਦੇ ਵਿੱਚ ਬਰਫੀਲੇ ਤੂਫਾਨ ਦੇ ਅੱਗੇ ਮਨਜਿੰਦਰ ਸਿੰਘ ਦੀ ਇੱਕ ਨਾ ਚੱਲੀ। ਬੇਅਥਾਹ ਦੁਸ਼ਮਣਾਂ ਦੇ ਗੋਲੀਆਂ ਦੇ ਨਾਲ ਉਸਨੇ ਮੂੰਹ ਬੰਦ ਕੀਤੇ ਨੇ, ਪਰ ਸ਼ਿਆਚੀਨ ਦੇ ਬਰਫੀਲੇ ਤੂਫਾਨ ਦੇ ਵਿੱਚ ਉਸਨੇ ਆਪਣੀ ਸ਼ਹਾਦਤ ਪ੍ਰਾਪਤ ਕਰ ਲਈ। ਸੋਸ਼ਲ ਮੀਡੀਆ 'ਤੇ 2 ਦਿਨ ਪਹਿਲਾਂ ਹੀ ਇਸ ਵੀਰ ਜਵਾਨ ਦਾ ਇੱਕ ਗੀਤ ਵਾਇਰਲ ਹੋਇਆ ਸੀ, ਜੋ ਤੁਸੀਂ ਵੀ ਸੁਣ ਸਕਦੇ ਹੋ। ਹੋ ਸਾਨੂੰ ਹੋਏ ਨੂੰ ਆਜ਼ਾਦ ਭਾਵੇਂ ਹੋ ਗਏ ਕਈ ਸਾਲ, ਪਰ ਪੁੱਛਿਆ ਨਾ ਕਦੇ ਕਿਸੇ ਫੌਜੀਆਂ ਦਾ ਹਾਲ। ਬਾਰਡਰਾਂ ਤੇ ਜਿਹੜੇ ਹਿੱਕਾਂ ਤਾਣ ਖੜਦੇ, ਮਾਵਾਂ ਉਹਨਾਂ ਦੀਆਂ ਫਿਕਰਾਂ ਦੇ ਵਿੱਚ ਰਹਿੰਦੀਆਂ। ਉਹ ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਪਰ ਗੋਲੀਆਂ ਵੀ ਸਾਡੇ ਕੰਨਾਂ ਕੋਲੋਂ ਖੈਂਦੀਆਂ। ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਜ਼ਿੰਮੇਵਾਰੀਆਂ ਵੀ ਸਿਰ ਉੱਤੇ ਰਹਿੰਦੀਆਂ। ਉਂਝ ਸਰਕਾਰ ਗੌਰਮੈਂਟ ਮੈਂਟੀ ਉੱਤੇ ਕਰੇ, ਪਰ ਸਾਡੇ ਨਾਲ ਆਣ ਕੌਣ ਬਰਫਾਂ 'ਚ ਖੜੇ। ਉਹ ਸਾਨੂੰ ਤਾਂ ਨਾ ਲੱਗੇ ਦਿਨ ਰਾਤ ਦਾ ਪਤਾ, ਨਿੱਤ ਆਉਣ ਬਾਰੇ ਚੂੜੇ ਵਾਲੀਆਂ ਨੇ ਕਹਿੰਦੀਆਂ। ਉਹ ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਪਰ ਗੋਲੀਆਂ ਵੀ ਸਾਡੇ ਕੰਨਾਂ ਕੋਲੋਂ ਖੈਂਦੀਆਂ। ਉਹ ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਜਾਨਾਂ ਸਾਡੀਆਂ ਹਮੇਸ਼ਾ ਤਲੀ ਉੱਤੇ ਰਹਿੰਦੀਆਂ। ਓਏ ਅਸੀਂ ਛੱਡੇ ਘਰ ਬਾਰ, ਨਾਲੇ ਛੱਡੇ ਪਰਿਵਾਰ ਨੇ। ਉਹ ਫੌਜੀ ਬਿਨਾਂ ਸੋਚੇ ਦਿੰਦੇ ਜਾਨਾਂ ਦੇਸ਼ੀ ਉੱਤੋਂ ਵਾਰ ਨੇ। ਉਹ ਨਾ ਹੀ ਜੰਮਣੇ ਦੀ ਖੁਸ਼ੀ ਤੇ ਨਾ ਮਰਨੇ ਦਾ ਗਮ, ਛੁੱਟੀ ਦੀਆਂ ਸਦਰਾਂ ਨੇ ਨਿੱਤ ਟਹਿੰਦੀਆਂ। ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਪਰ ਗੋਲੀਆਂ ਵੀ ਸਾਡੇ ਕੰਨਾਂ ਕੋਲੋਂ ਖੈਂਦੀਆਂ। ਉਹ ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਜ਼ਿੰਮੇਵਾਰੀਆਂ ਵੀ ਸਿਰ ਉੱਤੇ ਰਹਿੰਦੀਆਂ। ਉਹ ਚਾਹ ਮਨ ਵਿੱਚ ਰਹਿੰਦਾ ਸਾਨੂੰ ਵਤਨਾਂ ਨੂੰ ਜਾਣਦਾ, ਉਹ ਜਿਹੜੇ ਅਕਲਾਂ ਤੇ ਰਫਲਾਂ ਦਾ ਤਾਨਾ ਮਾਰਦੇ, ਵਧਦੀ ਏ ਫਿਕਰ ਉਹਨਾਂ ਨੂੰ ਵੀ ਜਾਣਦਾ। ਉਹ ਗੋਗੀ ਅਤੇ ਮੰਨਾ ਗੱਲਾਂ ਸੱਚ ਦੱਸਦੇ, ਜਿੰਦਾ ਨਿੱਕੀਆਂ ਨੇ ਸਾਕੇ ਵੱਡਿਆਂ ਨੂੰ ਸਹਿੰਦੀਆਂ। ਉਹ ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਜ਼ਿੰਮੇਵਾਰੀਆਂ ਵੀ ਸਿਰ ਉੱਤੇ ਰਹਿੰਦੀਆਂ। ਭਾਵੇਂ ਤਨਖਾਹਾਂ ਕਾਊਂਟਾਂ ਵਿੱਚ ਪੈਂਦੀਆਂ, ਗੋਲੀਆਂ ਵੀ ਸਾਡੇ ਕੰਨਾਂ ਕੋਲੋਂ ਖੈਂਦੀਆਂ। ਏਵਨ ਪੰਜਾਬੀ ਦੀ ਪੂਰੀ ਟੀਮ ਇਸ ਵੀਰ ਜਵਾਨ ਨੂੰ ਸੈਲੂਟ ਕਰਦੀ ਹੈ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ ਤੇ ਵੀ। ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।